ਉੱਥੇ ਕਰਾਂਗੇ ਕੀ? ਤੂੰ ਮੇਰੇ ਨਾਲ ਸ਼ਹਿਰ ਚੱਲ, ਉੱਥੇ ਕੋਈ ਨਾ ਕੋਈ ਤੇ ਕੰਮ ਕਰ ਹੀ ਲਾਂਗੇ। ਚੱਲ ਫਿਰ ਅੰਬ ਲੈਣ ਚੱਲੇ ਜੇ। ਤਮੀਜ਼ ਨਾ ਬੋਲ। ਅੱਛਾ ਭਾਜੀ, ਆਪ ਸ਼ਹਿਰ ਸੇ ਮੈਂਗੋ ਲੈਣੇ ਜਾ ਰਹੇ ਹੈ? ਆਪਣੇ ਭਰਾ ਨੂੰ ਸਮਝਾ ਲਾ, ਮੈਂ ਕਸੁੰਨ ਮਾਰ ਕੇ ਦਾ ਖੌਫਨਾਕ ਮੂੰਹ ਢਾ ਦੇਣਾ ਮੈਂ ਤੇਰੀ ਵਜ੍ਹਾ ਤੋਂ ਸਿਰਫ ਚੋਪਾ। ਤੂੰ ਤੈਨੂੰ ਖੱਟੂ ਹੈਗਾ ਹੀ ਆ, ਮੇਰੇ ਭਰਾ ਨੂੰ ਵੀ ਕਰਨਾ ਹੀ। ਓਏ ਉੱਥੇ ਇੱਕ ਕੋਠੀ ਰੰਗ ਕਰਨ ਦਾ ਠੇਕਾ ਮਿਲਿਆ, ਮੈਂ ਤਾਂ ਕਹਿੰਦਾ ਤੂੰ ਵੀ ਚੱਲ ਤੇ ਤੂੰ ਵੀ ਚੱਲ। ਉਹ ਫੜੇ ਮੂੰਹ, ਮੈਂ ਤਾਂ ਕਿਹਾ ਕੋਈ ਸੁਨਿਆਰਿਆਂ ਦਾ ਕੰਮ। ਉਹ ਦਫਾ ਮਾਰ, ਸਾਰੀ ਜ਼ਿੰਦਗੀ ਮੰਗਣੀ ਦੀਆਂ ਅੰਗੂਠੀਆਂ ਬਣਾਉਂਦੇ ਰਹੋ, ਇਹ ਕੋਈ ਕੰਮ ਹੈ? ਮੈਂ ਖੁਰੀਆਂ ਮਾਰ ਕੇ ਤੇਰੇ ਦੰਦ ਵੀ ਪਾਉਂ ਦੇਣੇ ਤੇ ਆਪਣੇ ਭਰਾ ਦੇ ਵੀ ਪਾਉਂ ਦੇਣੇ। ਮੇਰੇ ਦੰਦ ਵੀ? ਚੱਲ ਤੇਰੀਆਂ ਲੱਤਾਂ ਪਾਉਂਦਾਗਾ ਤੇ ਇਹਦੇ ਦੰਦ। ਤੁਹਾਨੂੰ ਸਹੀ, ਅਗਲੇ ਰੇੜੀਆਂ ਅੱਗੇ ਲਾ ਲੈਂਦੇ, 20 ਰੁਪਏ ਲੈ ਕੇ ਤੇ ਫੇਰਾ ਛੱਡਿਆ। ਸਾਰੀ ਦਿਹਾੜੀ ਖੋਤਿਆਂ ਤਰ੍ਹਾਂ ਵਖਦੇ ਹੋ, ਮੁੜ ਕੇ ਲੂਸਨ ਤੇ ਰਾਜ਼ੀ ਹੋ ਜਾਂਦੇ ਹੋ। ਅੱਛਾ ਹਾਂ, ਇਹ ਤੇ ਅਸੀਂ ਸੋਚਿਆ ਹੀ ਨਹੀਂ, ਅਸੀਂ ਨਹੀਂ ਜਾਣਾ। ਸਹੀ ਕਹਿੰਦੇ ਆ, ਧੋਬੀ ਦਾ ਖੋਤਾ ਨਾ ਘਰ ਦਾ ਨਾ ਕਾਟ ਦਾ। ਮੇਰੀ ਬਦਵਾ ਸ਼ਾਲਾ, ਵਿਹਲੇ ਹੀ ਫਿਰੋ, ਭੁੱਖੇ ਮਰੋ। ਤੁਸੀਂ ਸੜੋ। ਓਏ ਵਾਪਸ ਆ ਜਾ। ਓਏ ਸੁਣ, ਓਏ ਓਏ, ਕਿਸੇ ਸੇਠ ਦਾ ਇਕਲੌਤਾ ਬਾਂਦਰ ਹੁੰਦਾ।